सिंगिंग एक ये चीज है कि आप स्टूडियो गए तो गाना रिकॉर्ड कर लिया, एक्टिंग ये चीज है कि आप सवेर तो लगे शाम तक, अगला दिन फिर अगला दिन फिर अगला दिन फिर अगला दिन। मैं तो बिलीव नहीं करता, थोड़ा काम काम होता है बेसिकली ना, जिहड़ा थोड़ा काम है वो थोनू बड़ा छोटा करता है। ये नहीं है कि जो मैं 20 साल काम किया तो मैं कुछ सीनियर या बड़ा एक्टर हो गया। हो सकता मेरे जरा कल का जवाक है जो नवा नवा है वो बहुत कमाल का सिंगर हो गए एक्टर हो गए। साड़ी सारे की अपनी कहानी है जो रोजमर्रा जिंदगी दे विच रोजाना दे विच साडे घरां च पिंडां च किरदार ने ये कहानियां पईयां साडे हैना, क्योंकि कोई भी कहानी है खासकर राणे बाई होरां दी तां ये मतलब एक कमाल की गल है कि वह मतलब आले दुआले चीज़ा लेंदे है ना कहानी लई, पात्र भी उदा ही घटदे आ। जो थोड़े च कॉन्फिडेंस आ जांदा ना है ना, हर एक चीज़ आ जाती है तो थोड़े लिए हर एक चीज़ फिर ए हो जाती है कि भी हाँ मैं कर लूँगा यार। सत श्री अकाल जी, की हाल चाल, किदां सारे, खाओ पियो ते लो नज़ारे। मैं हाँ जी तुहाडा अपना सज्जल बब्बर, तुसीं देख रहे हो पंजाब प्लस टीवी ते, पहुंच चुके हैं ऑन द प्रमोशनल टूर ऑफ द मूवी कॉल्ड माँ। माँ एक बहुत बेहतरीन शब्द, एक बहुत बेहतरीन एहसास, एक सच्चा प्यार एक मुंडे दे लई, एक बच्चे दे लई अपनी माँ दे प्रति। एंड मदर इज समथिंग विच वी से कि बहुत ही दिल दे करीब हुंदा है। साडे नाल मौजूद ने इस फिल्म दे तीन स्टार कास्ट, दुगल साहब, ਵੱਡਾ ਗਰੇਵਾਲ ਭਾਜੀ ਐਂਡ ਬੋਲੀ ਭਾਜੀ। ਕੀ ਹਾਲ ਹੈ ਭਾਜੀ? ਵਧੀਆ ਭਾਜੀ, ਚੜ੍ਹਦੀਆਂ ਗੱਲਾਂ 'ਚ। ਕਿਵੇਂ ਸਰ? ਬਸ ਮੇਰਾ ਜੀ ਉੱਪਰ ਵਾਲੇ ਜੀ। ਭਾਜੀ ਜੀ ਨਾਲ ਗੱਲ ਇੱਕ ਬਹੁਤ ਖਾਸ ਹੈ ਕਿ ਮਤਲਬ ਜੇ ਕਹਿੰਦੇ ਨਾ ਵੱਡਾ ਵੱਡਾ ਵਿਰਾਗ। ਬਿਲਕੁਲ ਜੀ। ਅਤੇ ਭਾਜੀ ਤੁਹਾਡੇ ਲਈ ਇੱਕ ਸ਼ਾਇਰੀ ਹੈ, ਮਤਲਬ ਥੋੜ੍ਹੀ ਜਿਹੀ ਫਨੀ ਹੈ। ਮਤਲਬ ਇੰਨਾ ਸਮਾਰਟ ਮੁੰਡਾ, ਤੁਸੀਂ ਸਰ ਵਾਹ ਵਾਹ ਕਰਨੀ ਹੈ, ਆਪਾਂ ਭਾਜੀ ਨੂੰ ਪੂਰਾ ਮੋਟੀਵੇਟ ਕਰਨਾ। ਇੰਨਾ ਸੋਹਣਾ ਮੁੰਡਾ ਜਿਹਨੂੰ ਦੇਖ ਕੇ ਹਰ ਕੁੜੀ ਕਹਿੰਦੀ ਹੈ ਬੜਾ ਕਮਾਲ, ਸਾਡੇ ਨਾਲ ਵੱਡਾ ਗਰੇਵਾਲ। ਵਾਹ, ਥੈਂਕ ਯੂ। ਸੋ ਭਾਜੀ ਤੁਸੀਂ ਮਤਲਬ ਇੱਕ ਐਕਟਰ ਵੀ ਹੋ, ਇੱਕ ਸਿੰਗਰ ਵੀ ਹੋ, ਠੀਕ ਹੈ, ਸੋ ਤੁਹਾਨੂੰ ਕੀ ਚੀਜ਼ ਬਿਹਤਰ ਲੱਗਦੀ ਹੈ, ਬੀਇੰਗ ਐਨ ਆਰਟਿਸਟ, ਐਕਟਿੰਗ ਔਰ ਸਿੰਗਿੰਗ? ਨਹੀਂ, ਦੋਨਾਂ ਦਾ ਵੈਸੇ ਤਾਂ ਕੋਈ ਮੇਲ ਨਹੀਂ ਹੈ, ਦੇਖੋ, ਠੀਕ ਹੈ, ਐਕਟਿੰਗ ਆਪਣੀ ਜਗ੍ਹਾ, ਸਿੰਗਿੰਗ ਆਪਣੀ ਜਗ੍ਹਾ, ਅਤੇ ਐਕਟਿੰਗ ਸਿੰਗਿੰਗ ਇੱਕ ਇਹ ਚੀਜ਼ ਹੈ ਕਿ ਆਪਾਂ ਸਟੂਡੀਓ ਗਏ ਅਤੇ ਗਾਣਾ ਰਿਕਾਰਡ ਕਰ ਲਿਆ, ਐਕਟਿੰਗ ਇਹ ਚੀਜ਼ ਹੈ ਕਿ ਆਪਾਂ ਸਵੇਰ ਤੋਂ ਲੱਗੇ ਸ਼ਾਮ ਤੱਕ, ਅਗਲਾ ਦਿਨ ਫਿਰ ਅਗਲਾ ਦਿਨ ਫਿਰ ਅਗਲਾ ਦਿਨ ਫਿਰ ਅਗਲਾ ਦਿਨ, ਅਤੇ ਆਪਾਂ ਨੂੰ 20 ਦਿਨ ਨਹੀਂ ਪਤਾ ਇੱਕੋ ਕਰੈਕਟਰ 'ਚ ਰਹਿਣਾ ਪਵੇ। ਸਿਰਫ ਸੌਣ ਲੱਗੇ ਵੱਡਾ ਗਰੇਵਾਲ ਬਣਾ, ਪਰ ਦਿਨ ਦਿਨ ਵਾਲਾ ਸਮਾਂ ਆਪਾਂ ਨੂੰ ਕਰੈਕਟਰ 'ਚ ਹੀ ਰਹਿਣਾ ਪਵੇ। ਤਾਂ ਐਕਟਿੰਗ ਅਤੇ ਸਿੰਗਿੰਗ 'ਚ ਇਸ ਕਰਕੇ ਬੜਾ ਫਰਕ ਆ, ਅਤੇ ਮੈਨੂੰ ਦੋਨੋਂ ਹੀ ਚੀਜ਼ਾਂ ਬੜੀਆਂ ਪਿਆਰੀਆਂ ਨੇ। ਸੋ ਦੇਖੋ ਜਿਵੇਂ ਕਿ ਸਿੰਗਿੰਗ ਦਾ ਕੀ ਹੁੰਦਾ ਨਾ, ਰਿਆਜ਼ ਕਰਕੇ ਆਪਾਂ ਉਸ ਲੈਵਲ ਤੱਕ ਪਹੁੰਚ ਜਾਂਦੇ ਹਾਂ, ਬਟ ਐਕਟਿੰਗ 'ਚ ਕੀ ਹੁੰਦਾ, ਵੇਰੀਅਸ ਇਮੋਸ਼ਨਸ ਹੁੰਦੇ ਆ ਉਸ ਕਰੈਕਟਰ ਦੇ, ਠੀਕ ਹੈ। ਕਿਸ ਨੂੰ ਪਰਫੋਰਮ ਕਰਨ 'ਚ ਜ਼ਿਆਦਾ ਮਜ਼ਾ ਆਉਂਦਾ, ਕਿਹਨੂੰ ਚੈਲੇਂਜਿੰਗ ਤੁਸੀਂ ਫੀਲ ਕਰਦੇ ਹੋ? ਨਹੀਂ, ਮੈਂ ਰਿਆਜ਼ ਨਹੀਂ ਕੀਤਾ ਯਾਰ ਕਦੇ ਮਿੱਤਰ ਕਹਾਂ, ਅਤੇ ਬਸ ਐਂ ਸੀ ਹੈ ਨਾ। ਹਾਂਜੀ, ਅਤੇ ਮੈਂ ਰਿਆਜ਼ ਰੂਜ਼ ਵਾਲਾ ਨਹੀਂ ਸੀ, ਮੈਨੂੰ ਸਿਰਫ ਟੱਕ ਡੱਕ 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 ਬੀਟ, ਮੈਨੂੰ ਐਂ ਹੁੰਦਾ ਸੀ ਕਿ ਮੈਨੂੰ ਸਿਰਫ ਬੀਟ ਫੜਨੀ ਆਉਣੀ ਚਾਹੀਦੀ ਹੈ ਨਾ, ਕਿ ਮੈਂ ਬੀਟ 'ਤੇ ਗਾਉਣਾ ਹੈ ਨਾ, ਅਤੇ ਕੋਈ ਮੈਂ ਐਡਾ ਚੈਲੇਂਜਿੰਗ ਗਾਣਾ ਵੀ ਨਹੀਂ ਗਾਇਆ ਕਿ ਬਹੁਤ ਔਖਾ ਸੁਰ ਲਾਇਆ ਹੋਵੇ, ਕਦੇ ਸਿੱਧੇ ਸਿੱਧੇ ਗਾਣੇ ਨੇ ਮੇਰੇ, ਡਿਊਟ ਦੇਸੀ ਹੈ ਨਾ, ਇੱਦਾਂ ਦੇ ਗਾਣੇ ਨੇ। ਅਤੇ ਐਕਟਿੰਗ ਦਾ ਕੀ ਆ ਕਿ ਹਾਂ, ਐਕਟਿੰਗ 'ਚ ਮੈਂ ਜ਼ਿਆਦਾਤਰ ਕਮੇਡੀ ਰੋਲ ਕੀਤੇ ਨੇ। ਇੱਕ ਫਿਲਮ 'ਚ ਵਿਲਨ, ਪਹਿਲੀ ਵਾਰੀ ਵਿਲਨ ਦਾ ਰੋਲ ਕਰ ਰਿਹਾ, ਜਾਂ ਫਿਲਮਾਂ 'ਚ ਗੁੰਡੇ ਵਾਲੇ ਰੋਲ ਕੀਤੇ ਨੇ, ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਆਪਣੇ ਨਾਲ ਜ਼ਿੰਦਗੀ 'ਚ ਤੁਹਾਡੇ ਨਾਲ ਹੋਈਆਂ ਹੀ ਹੁੰਦੀਆਂ ਨੇ ਨਾ। ਮੈਂ ਥੋੜ੍ਹਾ ਜੌਲੀ ਰਹਿੰਦਾ, ਵੈਸੇ ਵੀ ਆਪਦੀ ਅਸਲੀ ਜ਼ਿੰਦਗੀ 'ਚ ਵੀ ਥੋੜ੍ਹਾ ਫਨੀ ਜਿਹਾ ਉਹ ਕਹਿਣਾ, ਰੱਬ ਦੀ ਮਿਹਰ ਨਾਲ ਟੱਚ ਵੁੱਡ ਖੁਸ਼ ਰਹੀਦਾ ਹੈ ਨਾ। ਤਾਂ ਕਰਕੇ ਜਦੋਂ ਤੁਹਾਨੂੰ ਜਦੋਂ ਤੁਹਾਡੇ 'ਚ ਕੌਨਫੀਡੈਂਸ ਆ ਜਾਂਦਾ ਨਾ ਹੈ ਨਾ, ਹਰ ਇੱਕ ਚੀਜ਼ ਆ ਜਾਂਦੀ ਹੈ, ਤਾਂ ਤੁਹਾਡੇ ਲਈ ਹਰ ਇੱਕ ਚੀਜ਼ ਫਿਰ ਐਂ ਹੋ ਜਾਂਦੀ ਆ ਕਿ ਵੀ ਹਾਂ ਮੈਂ ਕਰ ਲੂੰਗਾ ਯਾਰ, ਹੈ ਨਾ। ਅਤੇ ਬਾਕੀ ਜਦੋਂ ਆਪਾਂ ਭਾਅ ਜੀ ਉਹਨਾਂ ਨੂੰ ਦੇਖਦੇ ਹਾਂ ਹੈ ਨਾ, ਜਿਵੇਂ ਬੋਲੀ ਬਾਈ ਨੇ ਵੀ ਥੀਏਟਰ ਕੀਤਾ, ਤਾਂ ਆਸ਼ੀਸ਼ ਭਾਅ ਜੀ ਨੇ ਵੀ ਥੀਏਟਰ ਕੀਤਾ, ਹੈ ਨਾ। ਤਾਂ ਜਦੋਂ ਇਹਨਾਂ ਨੂੰ ਦੇਖ ਕੇ ਬੰਦੇ 'ਚ ਆਪਦੇ 'ਚ ਬੜਾ ਹੌਂਸਲਾ ਆਉਂਦਾ ਹੈ ਨਾ, ਕਿ ਵੀ ਇੱਕ ਅਗਲਾ ਕਹਿੰਦਾ ਹੁੰਦਾ ਕਿ ਯਾਰ ਥੀਏਟਰ ਵਾਲਿਆਂ ਦੇ ਸਾਹਮਣੇ ਜਾ ਕੇ ਆਪਾਂ ਐਂ ਹੋ ਜਾਂਦਾ, ਪਰ ਮੈਨੂੰ ਬੜਾ ਸੱਚੀ 'ਚ ਮੈਨੂੰ ਬੜਾ ਐਂ ਹੁੰਦਾ ਕਿ ਵੀ ਨਹੀਂ ਯਾਰ ਮੈਂ ਉਹਨਾਂ ਵਾਂਗੂ ਐਕਟਿੰਗ ਕਰ ਲਾਂ, ਹੈ ਨਾ, ਹੁੰਦੀ ਨਹੀਂ, ਪਰ ਹਾਂ ਮੈਨੂੰ ਇਹ ਲੱਗਦਾ ਕਿ ਮੈਂ ਕਰ ਲਾਂ। ਨਹੀਂ ਫਿਰ ਵੀ ਭਾਅ ਜੀ ਬੜੀਆਂ ਚੀਜ਼ਾਂ ਹੁੰਦੀਆਂ ਨੇ, ਅਤੇ ਫਿਰ ਮੈਨੂੰ ਐਂ ਹੁੰਦਾ ਕਿ ਮੈਂ ਨੈਚੁਰਲ ਰੱਖਾਂ ਆਪਦੀ ਹਰ ਇੱਕ ਚੀਜ਼। ਇਹ ਭਾਅ ਜੀ ਗਰਾਊਂਡਿਡ ਜਿਹੜੇ ਆਰਟਿਸਟ ਹੁੰਦੇ ਨਾ, ਵੱਡੇ ਆਰਟਿਸਟ, ਉਹ ਕਹਿੰਦੇ ਕਿ ਹਾਂ ਇਹਨਾਂ ਵਰਗੇ ਕੋਸ਼ਿਸ਼ ਕਰਦੇ ਆ, ਇਹ ਗਰਾਊਂਡਿਡ ਆਰਟਿਸਟ, ਇਹ ਵੱਡਾ ਆਰਟਿਸਟ ਹੁੰਦਾ ਨਾ ਵੈਸੇ। ਨਹੀਂ, ਆਰਟਿਸਟ ਵੱਡਾ ਛੋਟਾ ਤਾਂ ਹੁੰਦਾ ਹੀ ਨਹੀਂ ਹੈ, ਮੈਂ ਤਾਂ ਬਿਲੀਵ ਨਹੀਂ ਕਰਦਾ। ਤੁਹਾਡਾ ਕੰਮ ਕੰਮ ਹੁੰਦਾ ਹੈ ਬੇਸਿਕਲੀ ਨਾ, ਜਿਹੜਾ ਤੁਹਾਡਾ ਕੰਮ ਹੈ ਉਹ ਤੁਹਾਨੂੰ ਵੱਡਾ ਛੋਟਾ ਕਰਦਾ। ਇਹ ਨਹੀਂ ਹੈ ਕਿ ਜੇ ਮੈਂ 20 ਸਾਲ ਕੰਮ ਕੀਤਾ ਹੈ ਅਤੇ ਮੈਂ ਕੁਛ ਸੀਨੀਅਰ ਜਾਂ ਵੱਡਾ ਐਕਟਰ ਹੋ ਗਿਆ, ਉਹ ਸਕਦਾ ਮੇਰੇ ਨਾਲ ਜਿਹੜਾ ਕੱਲ੍ਹ ਦਾ ਜਵਾਕ ਹੈ ਜੇ ਨਵਾਂ ਨਵਾਂ ਹੈ
ਉਹ ਬਹੁਤ ਕਮਾਲ ਦਾ ਸਿੰਗਰ ਹੋਵੇ ਐਕਟਰ ਹੋਵੇ ਤੇ ਉਹਦੇ ਕੰਮ ਨਾਲ ਉਹ ਵੱਡਾ ਹੈ ਹਨਾ ਤੇ ਕੰਮ ਵੱਡਾ ਹੈ ਐਕਟਰ ਵੱਡਾ ਛੋਟਾ ਨਹੀਂ ਹੁੰਦਾ। ਸੋ ਸਰ ਜੇ ਗੱਲ ਕਰੀਏ ਇਸ ਫਿਲਮ ਬਾਰੇ ਪੋਸਟਰ ਬਹੁਤ ਸੋਹਣਾ ਹੈ ਤੁਹਾਡਾ ਜਿਹੜਾ ਮੈਂ ਟ੍ਰੇਲਰ ਦੇਖਿਆ ਤੁਹਾਡਾ ਜਿਹੜੀ ਲੁੱਕ ਹੈ ਉਹ ਬਹੁਤ ਅਲੱਗ ਲੈਵਲ ਦੀ ਖੇਤਾਂ ਦੇ ਵਿੱਚ ਤੁਸੀਂ ਖੜੇ ਹੋਏ ਹੋ ਪੂਰੀ ਪਰਸਨੈਲਿਟੀ ਗੱਭਰੂ ਬਿਲਕੁਲ 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 ਸਰ ਥੋੜਾ ਕਰੈਕਟਰ ਬਾਰੇ ਦੱਸੋ ਕਿ ਵਟ ਇਜ਼ ਦਾ ਕਰੈਕਟਰ। ਦੇਖੋ ਕਰੈਕਟਰ ਬੇਸਿਕਲੀ ਕੀ ਹੈ ਕਿ ਆਪਾਂ ਗੱਲ ਕਰੀਏ ਤਾਂ ਪਹਿਲਾਂ ਕਹਾਣੀ ਦੀ ਕਰੀਏ ਸਟੋਰੀ ਜਿਹੜੀ ਹੈਗੀ ਹੈ ਉਹ ਮਾਂ ਦੇ ਇਰਦ ਗਿਰਦ ਘੁੰਮਦੀ ਹੈ ਬਾਕੀ ਅਸੀਂ ਸਾਰੇ ਪਾਤਰ ਹੈ ਸ਼ਤਰੰਜ ਦੇ ਮੋਹਰੇ ਹੈ ਉਹਦੇ ਨਾਲ ਨਾਲ ਔਰ ਮਾਂ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਮਾਂ ਇੱਕ ਬਹੁਤ ਵੱਡਾ ਸ਼ਬਦ ਹੈ ਉਹ ਸ਼ਬਦ ਕਹਿਣ ਬੋਲਣ ਲਈ ਸ਼ਬਦ ਕਹਿਣਾ ਅਦਰਵਾਈਜ਼ ਸ਼ਬਦ ਕਹਿਣਾ ਵੀ ਆਪਣੇ ਆਪ ਕੋ ਕਹਿੰਦਾ ਛੋਟੀ ਗੱਲ ਹੈ ਉਹ ਸਾਰੇ ਆਪਾਂ ਮਾਵਾਂ ਨਾਲ ਜੁੜੇ ਹੋਏ ਹਾਂ ਮਾਵਾਂ ਦਾ ਐਕਸਪੀਰੀਅੰਸ ਹੈਗਾ ਅਤੇ ਉਹਦੇ ਆਸ ਪਾਸ ਚੰਗੀਆਂ ਮਾੜੀਆਂ ਘਟਨਾਵਾਂ ਹੁੰਦੀਆਂ ਜਿੱਥੇ ਸਾਡਾ ਨੰਬਰ ਵੀ ਲੱਗ ਜਾਂਦਾ ਮਾੜੇ ਕੰਮਾਂ 'ਚ ਅਤੇ ਮੈਂ ਉਸ ਕਹਾਣੀ ਦਾ ਇੱਕ ਪਾਤਰ ਕੀਤਾ ਉਹ 'ਚ ਗਰਾਊਂਡਡ ਪਾਤਰ ਹੈ ਬਿਲਕੁਲ ਜਿਹਨੂੰ ਕਹਿੰਦੇ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਹਾਣੀ ਤੋਂ ਬਾਅਦ ਇੱਦਾਂ ਦਾ ਇੱਕ ਰੂਰਲ ਏਰੀਏ 'ਚ ਜਿੱਥੇ ਮਿੱਟੀ ਨਾਲ ਜੁੜਿਆ ਹੋਇਆ ਜਿਵੇਂ ਆਪਾਂ ਖੇਤਾਂ ਵਾਲੇ ਸੀਨਾਂ ਦੀ ਗੱਲ ਕਰਦੇ ਖੇਤਾਂ 'ਚ ਤਾਂ ਹੀ ਖੜਾ ਕਿ ਹਾਂ ਖੇਤਾਂ 'ਚ ਤਾਂ ਹੀ ਖੜਾ ਕਿ ਉਹਨੂੰ ਲੱਗਦਾ ਕਿ ਯਾਰ ਜ਼ਮੀਨ ਮੇਰੀ ਹੁੰਦੀ ਤਾਂ ਕੀ ਹੁੰਦੀ ਇਹ ਜੱਟਾਂ 'ਚ ਹੁੰਦਾ ਹੀ ਹੁੰਦਾ ਚਾਹੇ ਹਜ਼ਾਰ ਗਿੱਲਾ ਜ਼ਮੀਨ ਹੋ ਫਿਰ ਵੀ ਗੁਆਂਢੀ ਵਾਲੀ ਲੱਗਦੀ ਹੈ ਕਿ ਯਾਰ ਆਹ ਵੀ ਨਾਲ ਹੁੰਦੀ ਤਾਂ ਮਜ਼ਾ ਆ ਜਾਂਦਾ ਤੂੰ ਇੱਦਾਂ ਦੀ ਕਹਾਣੀ ਹੈਗੀ ਪੂਰੀ ਬੜੀ ਇਮੋਸ਼ਨਲ ਡਰਾਮਾ ਬੜਾ ਕੁਛ ਹੈ ਕਹਾਣੀ 'ਚ ਪਰ ਮੇਰਾ ਕਿਰਦਾਰ ਜਿਹੜਾ ਇਹ 'ਚ ਹੈਗਾ ਹੈ ਨੈਗੇਟਿਵ ਹੈ ਗ੍ਰੇ ਕਰੈਕਟਰ ਔਰ ਇਹ ਮੈਂ ਨਾ ਜੇ ਮੈਂ ਕਹਿੰਦਾ ਵਿਲਨ ਕੋਈ ਨੈਗੇਟਿਵ ਨੂੰ ਕੁਛ ਆਪਣੀ ਸੁਸਾਇਟੀ 'ਚ ਹੁੰਦਾ ਕਰੈਕਟਰ ਕੁਛ ਲੋਕ ਹਰ ਬੰਦੇ ਦੇ ਅੰਦਰ ਇੱਕ ਹੀਰੋ ਅਤੇ ਇੱਕ ਵਿਲਨ ਹੁੰਦਾ ਕਈਆਂ ਲਈ ਮੈਂ ਵਿਲਨ ਬਣ ਜਾਣਾ ਕਈਆਂ ਲਈ ਮੈਂ ਹੀਰੋ ਬਣ ਜਾਣਾ ਤੋ ਕਿਰਦਾਰ ਹੈ ਕਿ ਮੈਂ ਨਿਭਾ ਰਿਹਾ ਉਹਦੇ 'ਚ ਜੋ ਗ੍ਰੇ ਹੈ ਸਾਡੇ ਆਸ ਪਾਸ ਜ਼ਿੰਦਗੀ 'ਚ ਉੱਦਾਂ ਦੇ ਕਿਰਦਾਰ ਹੁੰਦੇ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਕਿਰਦਾਰ ਜਿੰਨਾ ਨੈਚੁਰਲ ਜਿੰਨਾ ਵਧੀਆ ਹੋਵੇ ਕਿਉਂਕਿ ਮਾਂ ਦੀ ਜਰਨੀ ਦੇ ਵਿੱਚ ਮੈਂ ਔਕੜਾਂ ਪੈਦਾ ਕਰਦਾ ਠੀਕ ਹੈ ਜਿੱਦਾਂ ਵੀ ਹਿਸਾਬ ਨਾਲ ਕਹਾਣੀ ਕਿਉਂਕਿ ਮੈਂ ਰਿਵੀਲ ਨਹੀਂ ਕਰ ਸਕਦਾ ਔਰ ਐਂਡ ਆਫ ਦਾ ਡੇ ਜਾ ਕੇ ਉਹ ਬੰਦਾ ਰਿਲਾਈਜ਼ ਵੀ ਕਰਦਾ ਕਿ ਯਾਰ ਮੈਂ ਗਲਤ ਸੀ ਉਹ ਮੇਰੇ ਲਈ ਕਮਾਲ ਦਾ ਜਿੱਥੇ ਮੈਂ ਵਿਦਆਊਟ ਡਾਇਲੋਗ ਮੇਰਾ ਇੱਕ ਐਕਸਪ੍ਰੈਸ਼ਨ ਹੈ ਐਂਡ ਆਫ ਦਾ ਡੇ ਜਦੋਂ ਮੇਰੇ ਬੇਟੇ ਦੀ ਡੈਥ ਹੋ ਜਾਂਦੀ ਹੈ ਉਹ 'ਚ ਅਤੇ ਉਹ ਐਕਟਰ ਲਈ ਉਹ ਚੀਜ਼ ਬਹੁਤ ਮਾਣੇ ਰੱਖਦੀ ਹੈ ਕਿ ਡਾਇਲੋਗ ਸਾਰੇ ਬੋਲ ਲੈਂਦੇ ਆਪਾਂ ਹੈ ਨਾ ਕਿ ਇਮੋਸ਼ਨਸ ਨੂੰ ਲੈ ਕੇ ਆਉਣਾ ਕਹਾਣੀ ਜਿਹੜੀ ਹੈ ਆਪਾਂ ਕਹਾਣੀ ਬਾਰੇ ਮੈਂ ਵਾਰ ਵਾਰ ਤਾਂ ਗੱਲ ਕਰ ਰਿਹਾ ਆਪਾਂ ਸਾਡੇ ਬਾਰੇ ਗੱਲ ਕਰਨਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਫਿਲਮ ਦੀ ਗੱਲ ਕਰੀਏ ਕਹਾਣੀ ਬਹੁਤ ਜ਼ਿਆਦਾ ਇਮੋਸ਼ਨਲ ਬਹੁਤ ਟੱਚੀ ਹੈ ਫੈਮਿਲੀ ਹੈ ਪੂਰੀ ਦੀ ਪੂਰੀ ਵੱਡੀ ਫੈਮਿਲੀ ਹੈ ਉਹ 'ਚ ਸ਼ਰੀਕੇਦਾਰੀ ਵੀ ਹੁੰਦੀ ਹੈ ਬਾਕੀ ਚੀਜ਼ਾਂ ਵੀ ਹੁੰਦੀਆਂ ਜਿਵੇਂ ਪਿੰਡਾਂ 'ਚ ਹੁੰਦਾ ਉੱਦਾਂ ਦਾ ਔਰ ਫਿਲਮ ਕਿਉਂਕਿ ਮਾਂ ਨਾਂ ਲਿਖਿਆ ਫਿਲਮ ਬਣੀ ਬਹੁਤ ਕਮਾਲ ਦੀ ਹੈ ਔਰ ਸਾਰੇ ਮੈਂ ਤਾਂ ਦਰਸ਼ਕਾਂ ਨੂੰ ਵੀ ਕਹੂੰਗਾ ਵੀ ਫੈਮਿਲੀ ਦੇ ਨਾਲ ਦੇਖਣ ਵਾਲੀ ਫਿਲਮ ਹੈ ਬੜੇ ਦਿਨਾਂ ਬਾਅਦ ਬੜੇ ਸਾਲਾਂ ਵਾਲਾ ਇੱਦਾਂ ਦੀ ਫਿਲਮ ਆ ਰਹੀ ਹੈ ਕਿ ਜਿਹੜੀ ਤੁਸੀਂ ਬਹਿ ਕੇ ਫੈਮਿਲੀ ਨਾਲ ਬੈਠ ਕੇ ਇੰਜੋਏ ਕਰੋਗੇ ਵਾਂਸ ਇਨ ਅ ਡੈਕੇਡ ਮੂਵੀ ਜਿਵੇਂ ਕਹਿ ਦਿਆਂ 10 ਸਾਲ ਬਾਅਦ ਕੋਈ ਬਿਹਤਰੀਨ ਮਾਂ ਦੇ ਉੱਤੇ ਹਾਂ ਨਹੀਂ ਪਤਾ ਕੀ ਹੋਇਆ ਪਿੱਛੇ ਹੁਣ ਲੋਕਡਾਊਨ ਵੀ ਲੱਗਿਆ ਆਇਆ ਸੀਗਾ ਠੀਕ ਹੈ ਇਹ ਸ਼ੁਰੂ ਲੋਕਡਾਊਨ ਤੋਂ ਪਹਿਲਾਂ ਹੋਈ ਸੀਗੀ ਅਤੇ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਸੀਗੇ ਉਸ ਤੋਂ ਪਹਿਲਾਂ ਵੀ ਗਿੱਪੀ ਬਾਜ ਦੀਆਂ ਫਿਲਮਾਂ ਆਪਾਂ ਦੇਖੀਆਂ ਅਰਦਾਸ ਕਰਾਂ ਉਹ ਮੈਨੂੰ ਯਾਦ ਹੈ ਮੈਂ ਉਹ ਦੇਖੀਆਂ ਅਤੇ ਕਿੰਨੇ ਬੰਦੇ ਇਮੋਸ਼ਨਲ ਉਹ 3-4 ਸਾਲ ਵਿੱਚ ਗੈਪ ਆ ਗਿਆ ਗੈਪ ਤੋਂ ਬਾਅਦ ਦੂਜੀਆਂ ਡਿਫਰੈਂਟ ਓ ਟੀ ਟੀ ਦੇ ਕਾਰਨ ਜਾਂ ਬਾਕੀ ਚੀਜ਼ਾਂ ਦੇ ਕਾਰਨ ਹਾਲਾਂਕਿ ਅਸੀਂ ਐਕਟਰ ਸਾਨੂੰ ਸਾਰੇ ਕਰੈਕਟਰ ਕਰਨੇ ਪੈਂਦੇ ਆ ਕੁਮਾਰ ਧਾੜ ਅਤੇ ਇੱਧਰ ਉੱਧਰੋਂ ਗਾਲਾਂ ਗੂਲਾਂ ਸਾਰੀਆਂ ਇਹ ਸਾਫ਼ ਸੁਥਰੀ ਫੈਮਿਲੀ ਵਾਲੀ ਫਿਲਮ ਇਹ ਬਹੁਤ ਦੇਰ ਬਾਅਦ ਆਈ ਹੈ ਔਰ ਇੰਨੀ ਟੱਚੀ ਫਿਲਮ ਬਹੁਤ ਦੇਰ ਬਾਅਦ ਆਈ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਸਰ ਸਭ ਤੋਂ ਵਧੀਆ ਗੱਲ ਇਸ ਫਿਲਮ ਦੀ ਇਹ ਹੈ ਇਟਸ ਅ ਫੈਮਿਲੀ ਮੂਵੀ ਸੋ ਜਿਹੜੇ ਵੀ ਵਿਊਅਰਸ ਹੈਗੇ ਆ ਜਾ ਕੇ ਦੇਖ ਸਕਦੇ ਫੈਮਿਲੀ ਦੇ ਨਾਲ ਐਂਡ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਮਤਲਬ ਫੈਮਿਲੀ ਮੈਸੇਜ ਬਹੁਤ ਹੈ ਫੈਮਿਲੀ ਜੇ ਮੇਰੇ ਆਸ ਪਾਸ ਦੇ ਕਿਰਦਾਰ ਹੈ ਜਿਵੇਂ ਬੋਲੀ ਦਾ ਕਿਰਦਾਰ ਵਿੱਚ ਮੈਂ ਇਹਨੂੰ ਉਦੋਂ ਵੀ ਕਿਹਾ ਸੀਗਾ ਇਜ਼ ਵੈਰੀ ਗੁੱਡ ਐਕਟਰ ਅਤੇ ਛੋਟਾ ਭਰਾ ਵੀ ਹੈ ਮੇਰਾ ਇਹਦਾ ਇੱਕ ਕਿਰਦਾਰ ਬਹੁਤ ਵੱਖਰਾ ਕਿਰਦਾਰ ਇਹਨੇ ਕੀਤਾ ਇੱਦਾਂ ਹੀ ਵੱਡੇ ਨੇ ਜਿਵੇਂ ਕਿਹਾ ਕਿ ਮੈਂ ਵਿਲਨ ਨੈਗੇਟਿਵ ਹੈ ਜਵਾਕ ਦੋਨੋਂ ਮੇਰੇ ਹੀ ਫਿਲਮ 'ਚ ਅਤੇ ਉਹ ਥੋੜ੍ਹਾ ਵਿਗੜਿਆ ਇਹ ਚੰਗਾ ਸਾਡੀ ਇੱਕ ਬਹੁਤ ਅਲੱਗ ਤਰ੍ਹਾਂ ਦੀ ਕੁਐਸਚਨ ਹੈਗੀ ਉਹਦੇ 'ਚ ਅਤੇ ਇੱਦਾਂ ਬਾਕੀ ਸਾਰੇ ਐਕਟਰਾਂ ਨੇ ਨਾ ਉਹ ਪਰੋਇਆ ਹੋਇਆ ਉਹਨੂੰ ਅਤੇ ਬਾਕੀ ਹੁਣ ਬੋਲੀ ਦੱਸੋ ਉਸ ਬਾਰੇ ਬੋਲੀ ਭਾਜੀ ਜੇ ਮਤਲਬ ਫਾਦਰ ਸਾਹਿਬ ਕਹਿ ਰਹੇ ਕਰੈਕਟਰ ਹੋਵੇ ਫਿਲਮ ਦੇ ਵਿੱਚ ਭਾਜੀ ਖਰਾਬ ਵੀ ਤੁਸੀਂ ਕੁਝ ਦੀਪ ਜੀ ਮਤਲਬ ਨਹੀਂ ਬੋਲ ਤਾਂ ਇਹਦਾ ਨਹੀਂ ਨਹੀਂ ਭਾਜੀ ਨਹੀਂ ਨਹੀਂ ਇੱਧਰ ਇਹਨਾਂ ਨੇ ਲਾਇਆ ਹੋਇਆ ਮੈਂ ਉਦਾਂ ਗੱਲ ਕਰਦਾ ਇੱਧਰ ਮੇਰੇ ਤੇ ਚਾਹੂਗੀ ਅੱਛਾ ਮੈਂ ਹੁਣ ਤੇਰੀ ਇੱਥੋਂ ਆਵਾਜ਼ ਆ ਜਾਊਗੀ ਅੱਛਾ ਠੀਕ ਹੈ ਓਕੇ ਜੀ ਸਹੀ ਹੈ ਹਾਂ ਸੋ ਮੈਂ ਪੁੱਛਣਾ ਕਿ ਜਿਹੜਾ ਤੁਹਾਡਾ ਕਰੈਕਟਰ ਹੈ ਉਹ ਮਤਲਬ ਇਨੋਸੈਂਟ ਜਿਹਾ ਕਰੈਕਟਰ ਹੈ ਹਾਂਜੀ ਤੁਸੀਂ ਡਿਸਕ੍ਰਾਈਬ ਕਰੋ ਕਿ ਉਹਦਾ ਰਿਲੇਸ਼ਨ ਮਾਂ ਦੇ ਨਾਲ ਕਿਦਾਂ ਹੈ ਤੇ ਜਿੱਦਾਂ ਦੁੱਗਲ ਭਾਈ ਹੋਰਾਂ ਨੇ ਦੱਸਿਆ ਹੀ ਹੈਗਾ ਮੇਰਾ ਜਿਹੜਾ ਇਹਦੇ ਵਿੱਚ ਕਿਰਦਾਰ ਆ ਉਹਦਾ ਨਾਂ ਹੈ ਸੋਨਾ ਜਿਹੜਾ ਦੁੱਗਲ ਭਾਈ ਦਾ ਵੱਡਾ ਮੁੰਡਾ ਅਤੇ ਉਹ ਤੋਂ 6 ਮਹੀਨੇ 7-8 ਮਹੀਨੇ ਛੋਟਾ ਹੈਗਾ ਵੱਡਾ ਬਾਈ ਅਤੇ ਇਹ ਕਿਰਦਾਰ ਹੈ ਜਿਹੜਾ ਇਹ ਬੋਲ ਨਹੀਂ ਸਕਦਾ ਔਰ ਇਹਦੇ ਆਪਣੇ ਮਤਲਬ ਜਿਹੜੇ ਵਲਵਲੇ ਆ ਜਾਂ ਜਿਹੜੀਆਂ ਇਹਦੀਆਂ ਜੋ ਵੀ ਅੰਦਰ ਹੈਗਾ ਉਹਦੇ
ਉਹ ਵਿਅਕਤ ਕਰਨ ਦੇ ਬਹੁਤ ਘੱਟ ਸੋਰਸ ਨੇ ਉਹਦੇ ਕੋਲ, ਕਿਉਂਕਿ ਇੱਕ ਉਹਦੀ ਸਾਈਨ ਲੈਂਗੁਏਜ ਨਹੀਂ ਹੈਗੀ, ਉਹ ਤਾਂ ਇੱਕ ਇਹ ਹੁੰਦਾ ਵੀ ਸਟੱਡੀ ਨਾਲ ਆਉਂਦੀ ਹੈ ਨਾ, ਤਾਂ ਇਹ ਬਹੁਤ ਸਿੱਧਾ ਕਿਰਦਾਰ ਹੈਗਾ। ਤਾਂ ਹੁਣ ਉਹ ਜਿੱਦਾਂ ਕਹਿੰਦੇ ਵੀ ਗੂੰਗੇ ਦੀ ਰਮ ਜਾਂ ਗੂੰਗੇ ਦੀ ਮਾਂ ਜਾਣੇ, ਹੈ ਨਾ, ਤਾਂ ਜਦੋਂ ਮੈਂ ਹਾਂ ਮਤਲਬ ਵੀ ਜਦੋਂ ਇਹ ਕਿਰਦਾਰ ਹੈ ਜਿਹੜਾ, ਜਦੋਂ ਬਾਪੂ ਨਾਲ ਕੋਈ ਗੱਲ ਕਰਨੀ ਹੈ ਤਾਂ ਉਹ ਸਮਝਦੇ ਆ ਗੱਲ ਨੂੰ ਮੇਰੀ ਨੂੰ ਵੀ ਮੈਂ ਕੀ ਕਹਿ ਰਿਹਾ, ਸਮਝਦੇ ਆ। ਕਈ ਵਾਰੀ ਵੱਡਾ ਹੀ ਪੁੱਛਦਾ ਰਹਿੰਦਾ, ਕਹਿੰਦਾ ਕੀ ਕਹੀ ਜਾਂਦਾ ਇਹ, ਹੈ ਨਾ, ਉਹ ਕਹਿੰਦਾ ਐਂ ਕਹਿੰਦਾ। ਤਾਂ ਇੱਦਾਂ ਜਿੱਦਾਂ ਇੱਕ ਜੋਰੇ ਬਾਈ ਦਾ ਜਿਹੜਾ ਗਿੱਪੀ ਬਾਈ ਹੋਰੀ ਕਿਰਦਾਰ ਕਰ ਰਹੇ ਨੇ, ਉਹਨੇ ਉਹ ਸਮਝਦੇ ਆ। ਮਾਂ ਦਾ ਜਿਹੜਾ ਮੇਰੀ ਤਾਈ ਨੇਗੇ ਤਾਂ ਦਿਵਿਆ ਜੀ ਜੋ ਕਿਰਦਾਰ ਕਰ ਰਹੇ ਨੇ, ਤਾਂ ਉਹਨਾਂ ਨਾਲ ਵੀ ਇੱਕ ਹੋਰ ਮਤਲਬ ਰਿਲੇਸ਼ਨ ਦਿਖਾਇਆ ਹੋਇਆ ਹੈਗਾ ਵੀ ਜਿੱਦਾਂ ਜਿਵੇਂ ਇੱਕ ਸਾਡੀ ਸ਼ਰੀਕੇਬਾਜੀ ਹੁੰਦੀ ਆ, ਸਾਕ ਸੰਬੰਧੀ, ਹੈ ਨਾ, ਮਤਲਬ ਹੁੰਦਾ, ਤਾਂ ਉਹ ਮਤਲਬ ਵੀ ਉਹ ਇੱਕ ਬੈਕ ਸਟੋਰੀ ਵੀ ਹੋ ਸਕਦੀ ਹੈ ਵੀ ਉਹ ਹੋ ਸਕਦਾ ਛੋਟਾ ਹੁੰਦਾ। ਇਹਨਾਂ ਦੇ ਘਰੀ ਜਿਹੜੇ ਇਸ ਤਰ੍ਹਾਂ ਦੇ ਕਿਰਦਾਰ ਹੁੰਦੇ ਆ ਨਾ, ਸਿੱਧੇ ਕਿਰਦਾਰ ਹੁੰਦੇ ਆ ਜਿਹੜੇ, ਜਿਹਨਾਂ ਦੇ ਵਿੰਗ ਬਾਲ ਨਹੀਂ ਹੁੰਦਾ, ਉਹਨਾਂ ਦਾ ਕੋਈ ਵੈਰ ਵਿਰੋਧ ਨਹੀਂ ਹੁੰਦਾ, ਉਹ ਸਾਰਿਆਂ ਨੂੰ ਪਿਆਰ ਹੀ ਕਰਦੇ ਆ। ਤਾਂ ਉਹ ਮਾਂ ਨਾਲ ਵੀ ਰੋਟੀ ਖਾਇਆ ਆਉਂਦਾ ਹੋਣਾ, ਤਾਂ ਮਾਂ ਕੋਲ ਵੀ ਖੇਡਦਾ ਹੋਣਾ, ਜੋਰੇ ਨਾਲ ਵੀ ਖੇਡਦਾ, ਤਾਂ ਉਹ ਇਸ ਤਰ੍ਹਾਂ ਦਾ ਕਿਰਦਾਰ ਆ ਵੀ ਉਹਦੇ 'ਚ ਵਿੰਗ ਵਾਲ ਨਹੀਂ ਹੈਗੇ, ਬਹੁਤ ਸਿੱਧਾ ਸਿੱਧਾ ਕਿਰਦਾਰ ਆ। ਜੋ ਉਹਨੇ ਗੱਲ ਫਾਦਰ ਸਾਹਿਬ ਨੂੰ ਵੀ ਕਹਿਣੀ, ਉਹਨੇ ਕਹਿ ਦੇਣੀ ਆ, ਪਿਆਰ ਕਰਨ ਵਾਲਾ ਕਿਰਦਾਰ ਆ ਅਤੇ ਮਾਸੂਮ ਹੈ। ਹਾਂਜੀ, ਸੋ ਭਾਜੀ ਇਸ ਫਿਲਮ ਦੇ ਵਿੱਚ ਸਾਨੂੰ ਕੀ ਮੈਸੇਜ ਦੇਖਣ ਨੂੰ ਮਿਲੇਗਾ ਲੋਕਾਂ ਦੇ ਵਾਸਤੇ? ਇਹ ਸਾਰੀ ਫਿਲਮ ਹੀ ਮੈਸੇਜ ਹੀ ਹੈ ਵੀਰੇ, ਅਤੇ ਮੈਸੇਜ ਇਹ ਵੀ ਕਹਾਣੀ ਹੈ ਜਿਹੜੀ ਸਾਡੀ ਸਾਰਿਆਂ ਦੀ ਆਪਣੀ ਕਹਾਣੀ ਆ, ਜੋ ਰੋਜ਼ਮਰਾ ਜ਼ਿੰਦਗੀ ਦੇ ਵਿੱਚ, ਰੋਜ਼ਾਨਾ ਦੇ ਵਿੱਚ ਸਾਡੇ ਘਰਾਂ 'ਚ, ਪਿੰਡਾਂ 'ਚ ਕਿਰਦਾਰ ਨੇ, ਇਹ ਕਹਾਣੀਆਂ ਪਈਆਂ ਸਾਡੇ, ਹੈ ਨਾ, ਕਿਉਂਕਿ ਕੋਈ ਵੀ ਕਹਾਣੀ ਆ ਉਹ ਖਾਸ ਕਰ ਰਾਣੇ ਬਾਈ ਹੋਰਾਂ ਦੀ, ਤਾਂ ਇਹ ਮਤਲਬ ਇੱਕ ਕਮਾਲ ਦੀ ਗੱਲ ਹੈ ਕਿ ਉਹ ਮਤਲਬ ਆਲੇ ਦੁਆਲੇ ਚੀਜ਼ਾਂ ਲੈਂਦੇ ਆ, ਹੈ ਨਾ, ਕਹਾਣੀ ਲਈ ਪਾਤਰ ਵੀ ਉੱਦਾਂ ਹੀ ਘੜਦੇ ਆ ਉਹ। ਤਾਂ ਇਹ ਸਾਡੇ ਸਾਰਿਆਂ ਦੀ ਕਹਾਣੀ ਹੈ ਜੋ ਪੰਜਾਬ 'ਚ ਕਿਸੇ ਪਿੰਡ ਕਿਸੇ ਘਰੇ, ਕਿਸੇ ਘਰੇ ਉਹ ਕਿਰਦਾਰ ਹੋਊਗਾ, ਕਿਸੇ ਘਰੇ ਉਹ ਸਟੋਰੀ ਹੋਊਗੀ। ਤਾਂ ਸਾਡੀ ਕਹਾਣੀ ਤਾਂ ਜਿਹੜਾ ਜਿਹੜੀ ਜਿਹੜੀ ਸੋਸ਼ਲ ਜਦੋਂ ਸਬਜੈਕਟ 'ਤੇ ਕੋਈ ਵੀ ਗੱਲ ਹੁੰਦੀ ਹੈ, ਫਿਲਮ ਬਣਦੀ ਆ, ਤਾਂ ਉਹਦੇ ਵਿੱਚ ਮੈਸੇਜ ਹੀ ਹੁੰਦੇ ਆ। ਮੈਸੇਜ ਹੁੰਦੇ ਵੀ ਜਿੱਦਾਂ ਹੁਣ ਮੇਰੇ ਜਿਹੜੇ ਫਾਦਰ ਸਾਹਿਬ ਦਾ ਕਰ ਰਹੇ ਨੇ ਦੁੱਗਲ ਸਾਹਿਬ, ਇਹਨਾਂ ਦਾ ਇੱਕ ਗ੍ਰੇ ਸ਼ੇਡ, ਹੈ ਨਾ, ਕਰੈਕਟਰ ਆ। ਹੁਣ ਜਿਹਨੇ ਦੇਖਣਾ ਉਹਨਾਂ ਨੇ ਦੇਖਣਾ ਵੀ ਯਾਰ ਇਹਦੇ ਵਰਗਾ ਨਹੀਂ ਬਣਨਾ, ਵੀ ਇਹ ਇੱਦਾਂ ਮਤਲਬ ਸਬਜੈਕਟ ਆਪਣੇ ਆਪ 'ਚ ਮੈਸੇਜ ਦੇ ਰਿਹਾ ਹੁੰਦਾ, ਕਹਿ ਰਿਹਾ ਹੁੰਦਾ। ਹੁਣ ਜਿਹੜੀ ਇਹ ਫਿਲਮ ਹੈਗੀ, ਇਹ ਫਿਲਮ ਹੀ ਉਹ ਮਤਲਬ ਜਿੱਦਾਂ ਹੁਣ ਮਾਂ 'ਤੇ ਹੈ, ਮਾਂ ਆਪਣੇ ਆਪ 'ਚ ਹੀ ਮੈਸੇਜ ਹੈ ਯਾਰ, ਮਾਂ ਤੋਂ ਵੱਡਾ ਮੈਸੇਜ ਕੀ ਹੋ ਸਕਦਾ, ਰੱਬ ਤੋਂ ਵੱਡਾ ਮੈਸੇਜ ਕੀ ਹੋ ਸਕਦਾ। ਤਾਂ ਸਾਰੀ ਫਿਲਮ ਮੈਸੇਜ ਹੈ, ਬਾਕੀ ਕਿਰਦਾਰ ਨੇ ਜਿਹੜੇ ਆਪਣਾ ਆਪਣਾ ਉਹਨਾਂ ਨੇ ਜਿਹੜਾ ਉਹਨਾਂ ਦੇ ਹਿੱਸੇ ਬਹਿੰਦਾ ਆਇਆ ਉਹਨਾਂ ਨੇ ਕਰਿਆ, ਅਤੇ ਬਾਕੀ ਫਿਲਮ ਦੇਖ ਕੇ ਪਤਾ ਲੱਗੂਗਾ। ਸੋ ਭਾਜੀ ਮੈਂ ਜਾਂਦੇ ਜਾਂਦੇ ਗੱਲ ਕਰਨਾ ਚਾਹੂੰਗਾ ਕਿ ਤੁਹਾਡਾ ਇਹਦੇ ਵਿੱਚ ਫੇਵਰੇਟ ਡਾਇਲੋਗ ਕਿਹੜਾ? ਫੇਵਰੇਟ ਡਾਇਲੋਗ ਤਾਂ ਨਹੀਂ ਮੈਂ ਦੱਸਦਾ ਯਾਰ, ਪਚਾਸ ਤੋਲਾ ਸ਼ੂਟਰ ਦਾ ਸੀ ਬਸ। ਇੰਟਰਵਿਊ ਤਾਂ ਬਹੁਤ ਹੋ ਗਿਆ ਵਧੀਆ ਬਾਈ, ਹੁਣ ਜਾ ਕੇ ਦੇਖੋ ਫਿਲਮ ਆਉਣ 6 ਮਈ। 6 ਮਈ ਨੂੰ ਮੇਰਾ ਵੀਰ ਸਾਰੇ ਆਪਦੇ ਨੇੜਲੇ ਦੂਰਲੇ ਥੀਏਟਰਾਂ 'ਚ ਜਾ ਕੇ ਆਪਣੇ ਜ਼ਰੂਰ ਆਪਣੇ ਮਾਤਾ ਨਾਲ ਮਾਂ ਨਾਲ ਜ਼ਰੂਰ ਫਿਲਮ ਦੇਖਣ ਜਾਣੀ ਹੈ ਇਹ, ਠੀਕ ਆ। ਆਪਣੇ ਕਈ ਵਾਰ ਸ਼ਹਿਰੀ ਤਾਂ ਚਲੇ ਜਾਂਦੇ ਨੇ ਮੰਮੀ ਨੂੰ ਫੈਮਿਲੀ ਨੂੰ ਲੈ ਕੇ ਫਿਲਮ ਦੇਖਣ, ਆਪਾਂ ਪਿੰਡਾਂ ਵਾਲੇ ਥੋੜ੍ਹਾ ਜਿਹਾ ਘੱਟ ਜਾਂਦੇ ਹਾਂ, ਅਤੇ ਮੇਰੀ ਪਿੰਡ ਦਾ ਹੋਣ ਕਰਕੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਗੁਜ਼ਾਰਿਸ਼ ਆ ਕਿ ਆਪਣੀਆਂ ਮੰਮੀਆਂ ਲੈ ਕੇ ਸਾਰੇ ਜਿੰਨੇ ਵੀ ਦੋਸਤ ਯਾਰ ਇਕੱਠੇ ਹੋ ਕੇ, ਫੈਮਿਲੀਆਂ ਇਕੱਠੇ ਹੋ ਕੇ, ਸਾਰੇ ਦੋਸਤ ਇਕੱਠੇ ਹੋ ਜਾਓ ਅਤੇ ਸਾਰੇ ਮੰਮੀਆਂ ਨੂੰ ਇਕੱਠੇ ਕਰਕੇ ਫਿਲਮ ਦੇਖਣ 6 ਮਈ ਨੂੰ ਜ਼ਰੂਰ ਸਾਰੇ ਥੀਏਟਰਾਂ 'ਚ ਜਾਣਾ, ਠੀਕ ਹੈ ਜੀ। ਬਹੁਤ ਸੋਹਣੀ ਫਿਲਮਾਂ ਅਤੇ ਬਹੁਤ ਇਮੋਸ਼ਨਲ ਫਿਲਮਾਂ ਅਤੇ ਬੜੀ ਘੈਂਟ ਫਿਲਮਾਂ ਇਹ ਇੱਥੇ ਆ। ਤੁਸੀਂ ਸਾਨੂੰ ਹਰੇਕ ਫਿਲਮ 'ਚ ਪੁੱਛਦੇ ਰਹਿੰਦੇ ਹੋ ਭਾਜੀ, ਜਿਵੇਂ ਪਹਿਲਾਂ ਮੇਰੀ ਕਾਕਾ ਪ੍ਰਧਾਨ ਆਈ ਸੀ, ਉੱਥੋਂ ਪੱਤਰਕਾਰ ਪੁੱਛ ਲੈਂਦੇ ਸੀ ਭਾਜੀ ਇਹਦੇ 'ਚ ਕੀ ਮੈਸੇਜ ਮਿਲਦਾ, ਠੀਕ ਆ। ਉਹ ਐਂਟਰਟੇਨ ਹੁੰਦਾ, ਜਿਹੜਾ ਗੁੰਡੇਗਰਦੇ ਵਾਲੀਆਂ ਫਿਲਮਾਂ ਹੁੰਦੀਆਂ ਉਹਨੂੰ ਐਂਟਰਟੇਨ ਹੁੰਦਾ, ਇਹਦੇ 'ਚ ਮੈਸੇਜ ਆ। ਹੁਣ ਇਹ ਮੈਸੇਜ ਵਾਲੀ ਫਿਲਮਾਂ, ਹੁਣ ਇਹਨੂੰ ਦੇਖਣ ਜਾਇਓ, ਠੀਕ ਆ। ਹੁਣ ਕਿਸੇ ਨੇ ਨਹੀਂ ਪੁੱਛਦਾ ਕਿ ਮੈਂ ਮੈਸੇਜ ਵੋ, ਹੁਣ ਇਹ ਮੈਸੇਜ ਵਾਲੀ ਫਿਲਮਾਂ ਅਤੇ ਮੈਸੇਜ ਵਾਲੀ ਫਿਲਮ ਦੇਖਣ ਜਾਇਓ, ਠੀਕ ਆ। ਥੈਂਕ ਯੂ, ਅਤੇ 6 ਮਈ ਨੂੰ ਥੀਏਟਰਾਂ 'ਚ ਪਹੁੰਚੋ। ਅਤੇ ਵੱਡੇ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਹਿ ਰਿਹਾ, ਮੈਂ ਕਹਿੰਦਾ ਖਾਲੀ ਮਾਂ ਨੂੰ ਨਹੀਂ, ਚਾਚੀ ਤਾਈਆਂ ਨੂੰ ਵੀ ਲੈ ਕੇ, ਉਹ ਵੀ ਮਾਂ ਕਿਸੇ ਨਾ ਕਿਸੇ ਦੀਆਂ ਹੈਗੀਆਂ ਨੇ। ਕਹਿਣ ਦਾ ਮਤਲਬ ਜਿਹਨੇ ਤੁਹਾਨੂੰ ਯਾਦ ਹੋਵੇ, ਖੈਰੇ ਛੋਟੇ ਸੀ ਉਦੋਂ ਜਦ ਪੈਦਾ ਨਹੀਂ ਹੋਏ ਹੋਣੇ, ਸਾਡੇ ਟਾਈਮ 'ਤੇ ਫਿਲਮਾਂ ਆਈਆਂ ਸੀ ਨਾਨਕ ਨਾਮ ਜਹਾਜ਼ ਔਰ ਵੱਡੀਆਂ ਵੱਡੀਆਂ ਫਿਲਮਾਂ ਆਈਆਂ ਸੀਗੀਆਂ, ਅਤੇ ਪਿੰਡਾਂ 'ਚੋਂ ਲੋਕ ਟਰੱਕਾਂ 'ਤੇ ਟਰਾਲੀਆਂ 'ਚ ਗਏ ਸੀਗੇ, ਠੀਕ ਹੈ, ਫੈਮਿਲੀ ਨਾਲ। ਅਤੇ ਉੱਥੇ ਜਾ ਕੇ ਜਿਵੇਂ ਕਹਿੰਦੇ ਅਰਦਾਸ ਕਰਕੇ ਫਿਲਮ ਦੇਖਦੇ ਸੀਗੇ, ਲੱਗਦਾ ਸੀ ਯਾਰ ਕੋਈ ਫਿਲਮ ਹੈ, ਉਦੋਂ ਬਰਨਾਲੇ ਸੀਗਾ, ਛੋਟਾ ਹੁੰਦਾ ਸੀ ਮੈਂ ਸਕੂਲ 'ਚ ਪੜ੍ਹਦਾ ਸੀ। ਅਤੇ ਤੁਸੀਂ ਆਹ ਫਿਲਮ ਜਦੋਂ ਦੇਖਣ ਜਾਓਗੇ ਤਾਂ ਮੈਂ ਉਹੀ ਚੀਜ਼ ਰਿਪੀਟ ਕਰੋ, ਚਲੋ ਆਪਾਂ ਅੱਜ ਕੱਲ੍ਹ ਗੱਡੀਆਂ ਹੈਗੀਆਂ,
ਉਦੋਂ ਟਰੱਕ ਸੀਗੇ ਜਾਂ ਟਰਾਲੀਆਂ ਸੀਗੀਆਂ ਆਪਣੇ ਕੋਲ ਗੱਡੀਆਂ ਹੈਗੀਆਂ ਆਂਢ ਗੁਆਂਢ ਨੂੰ ਜਿੰਨੀਆਂ ਮੈਂ ਤਾਂ ਕਹਿੰਦਾ ਜਿੰਨੀਆਂ ਫੀਮੇਲਸ ਹੈਗੀਆਂ ਜਿਹਨੂੰ ਤੁਸੀਂ ਚਾਚੀ ਮਾਮੀ ਤਾਈ ਭੂਆ ਜੋ ਵੀ ਕਹਿੰਦੇ ਆ ਉਹਨਾਂ ਨੂੰ ਲੈ ਕੇ ਜਾਓ ਉਹਨਾਂ ਨੂੰ ਇੰਨਾ ਆਨੰਦ ਆਊਗਾ ਤੇ ਤੁਹਾਨੂੰ ਸਾਰਿਆਂ ਨੂੰ ਉਹਨਾਂ ਵੱਲੋਂ ਬਹੁਤ ਵੱਡਾ ਆਸ਼ੀਰਵਾਦ ਮਿਲੂਗਾ ਛੇ ਮਈ ਨੂੰ ਲੈ ਕੇ ਪਹੁੰਚ ਜਾਓ ਬਸ ਬਸ ਕਹਿ ਦਿੱਤਾ ਵੱਡੇ ਬਾਈ ਨੇ ਵੀ ਤੇ ਦੁੱਗਲ ਸਾਹਿਬ ਨੇ ਵੀ ਸੋ ਇਹੀ ਬੇਨਤੀ ਹੈ ਕਿ 6 ਮਈ ਨੂੰ ਆਪਣੇ ਪਰਿਵਾਰ ਨਾਲ ਦੋਸਤਾਂ ਮਿੱਤਰਾਂ ਨੇ ਫਿਲਮ ਨੂੰ ਦੇਖਿਓ ਤੇ ਅਸੀਂ ਤੁਹਾਨੂੰ ਮਿਲਾਂਗੇ ਸਿਨੇਮਾ ਘਰਾਂ 'ਚ 6 ਮਈ ਨੂੰ ਸੋ ਸਾਡੀ ਪੂਰੀ ਟੀਮ ਨੇ ਦੱਸ ਦਿੱਤਾ ਹੈ ਕਿ ਫਿਲਮ ਜੋ ਹੈ ਬਹੁਤ ਬਿਹਤਰੀਨ ਹੈ ਜਾ ਕੇ 6 ਮਈ ਨੂੰ ਦੇਖੋ ਵਿਦ ਫੈਮਿਲੀ ਵਿਦ ਪੜੋਸੀ ਗੁਆਂਢੀ ਮਾਮਾ ਮਾਮੀ ਮਾਸੜ ਮਾਸੀ ਬਹੁਤ ਵਧੀਆ ਫਿਲਮ ਹੈ ਗਾਣਾ ਇੰਜੋਏ ਦ ਮੂਵੀ ਐਂਡ ਅ ਮੂਵੀ ਵਿਦ ਅ ਲੋਟ ਆਫ ਫੀਲਿੰਗਸ ਮੈਸੇਜ ਐਂਡ ਇਮੋਸ਼ਨਸ ਵਾਚ ਇਟ ਔਨ 6 ਮਈ ਸਤਿ ਸ਼੍ਰੀ ਅਕਾਲ